ਅਸੀਂ ਸਤਲੁਜ ਦੇ ਨੇੜੇ ਮੱਤੇਵਾੜੇ ਜੰਗਲ ਦੇ ਨੇੜੇ ਇੱਕ ਔਕਸਬੋ ਲੇਕ ਜਿਹੜੀ ਕਿ ਸਤਲੁਜ ਦੇ ਨੇੜੇ ਬਣੀ ਹੋਈ ਹੈ ਉਹ ਦੇਖਣ ਆਏ ਹਾਂ। ਇਹ ਪਿੰਡ ਮਿਆਣੀ, ਰਤਨਗੜ੍ਹ ਅਤੇ ਬੱਲੀਵਾਲ ਇਹਨਾਂ ਤਿੰਨਾਂ ਪਿੰਡਾਂ ਨੂੰ ਲੱਗਦੀ ਹੈ। ਕਾਫੀ ਵੱਡੀ ਝੀਲ ਹੈ ਅਤੇ ਇੱਥੇ ਜਿਵੇਂ ਸਾਨੂੰ ਲੋਕਲਸ ਨੇ ਦੱਸਿਆ ਕਿ ਇਹਦੇ ਵਿੱਚ ਬਰਸਾਤਾਂ ਦੇ ਮੌਸਮ 'ਚ ਆਮ ਤੌਰ 'ਤੇ ਪਾਣੀ ਜ਼ਿਆਦਾ ਹੁੰਦਾ ਹੈ। ਅੱਜ ਕੱਲ੍ਹ ਪਾਣੀ ਇਹਦੇ ਵਿੱਚ ਸੁੱਕਿਆ ਹੋਇਆ ਅਤੇ ਇਹ ਔਕਸਬੋ ਲੇਕ ਜਿਹੜੀ ਹੈ ਉਹ ਐਕਟਿਵ ਫਲੱਡ ਪਲੇਨ ਜਿਹੜਾ ਦਰਿਆ ਦਾ ਹੁੰਦਾ ਉਹਦੇ 'ਤੇ ਔਕਸਬੋ ਲੇਕਸ ਬਣ ਜਾਂਦੀਆਂ। ਇਹ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਕਹਿੰਦੇ ਘੋੜੇ ਦੇ ਖੁਰ ਵਰਗੀ ਸ਼ੇਪ ਦੀਆਂ ਲੇਕਸ ਬਣ ਜਾਂਦੀਆਂ ਜਦੋਂ ਐਕਟਿਵ ਫਲੱਡ ਪਲੇਨ ਦੇ ਉੱਤੇ ਦਰਿਆ ਜਦੋਂ ਮੀਐਂਡਰਿੰਗ ਕਰਦਾ, ਦਰਿਆ ਜਦੋਂ ਵਗਦਾ ਅਤੇ ਉਹਦੀ ਜਿਹੜੀ ਸੱਪ ਵਾਂਗੂ ਇੱਕ ਚਾਲ ਹੁੰਦੀ ਹੈ ਉਹਦੇ ਨਾਲ ਜਿਹੜੀਆਂ ਲੇਕਸ ਬਣਦੀਆਂ ਪਾਣੀ ਜਦੋਂ ਫਲੋ ਕਰਦਾ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਉਹਨਾਂ ਨੂੰ ਔਕਸਬੋ ਲੇਕਸ ਕਿਹਾ ਜਾਂਦਾ। ਅਤੇ ਇਹ ਐਕਟਿਵ ਫਲੱਡ ਪਲੇਨ ਦੇ ਉੱਤੇ ਇੱਕ ਔਕਸਬੋ ਲੇਕ ਨੂੰ ਅਸੀਂ ਦੇਖਣ ਆਏ ਹਾਂ। ਕਾਫੀ ਵੱਡੀ ਲੇਕ ਹੈ, ਤਿੰਨ ਪਿੰਡਾਂ ਨੂੰ ਲੱਗਦੀ ਹੈ ਅਤੇ ਇਹ ਸਤਲੁਜ ਦੇ ਫਲੱਡ ਪਲੇਨ ਦੇ ਉੱਤੇ ਲੁਧਿਆਣੇ ਦੇ ਨੇੜੇ ਮੱਤੇਵਾੜੇ ਜੰਗਲ ਦੇ ਬਿਲਕੁਲ ਨੇੜੇ ਇਸ ਵੇਲੇ ਅਸੀਂ ਉੱਥੇ ਖੜ੍ਹੇ ਹਾਂ। ਅਤੇ ਔਕਸਬੋ ਲੇਕ ਜਿਹੜੀ ਹੈ ਇਹ ਇਸ ਚੀਜ਼ ਦਾ ਪਰੂਫ ਹੈ ਕਿ ਇਹ ਇੱਕ ਜਿਹੜਾ ਫਲੱਡ ਪਲੇਨ ਵੀ ਹੈ ਔਰ ਇਸ ਵੇਲੇ ਇਹ ਐਕਟਿਵ ਫਲੱਡ ਪਲੇਨ ਹੈ ਤਾਂ ਹੀ ਔਕਸਬੋ ਲੇਕਸ ਜਿਹੜੀਆਂ ਐਗਜ਼ਿਸਟ ਕਰਦੀਆਂ। ਅਤੇ ਹੁਣ ਆਪਾਂ ਇੱਥੋਂ ਦੇ ਲੋਕਾਂ ਨਾਲ ਗੱਲ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਔਕਸਬੋ ਲੇਕਸ ਦੇ ਵਿੱਚ ਜਿਹੜੀ ਇਹ ਵਾਲੀ ਝੀਲ ਹੈ ਉਹਦੇ 'ਚ ਕਦੋਂ ਪਾਣੀ ਹੁੰਦਾ ਹੈ ਜਾਂ ਕਿਸ ਤਰ੍ਹਾਂ ਕਿੰਨੀ ਵੱਡੀ ਇਹ ਝੀਲ ਹੈ ਇਹ ਆਪ ਦੱਸਣਗੇ। ਕਿਹੜੀ ਝੀਲ ਹੈ? ਤਿੰਨ ਚਾਰ ਤਿੰਨਾਂ ਪਿੰਡਾਂ ਦੀ ਡੁੰਮ ਹੈ। ਅੱਛਾ, ਤਿੰਨ ਪਿੰਡਾਂ ਦਾ ਡੁੰਮ ਕਹਿੰਦੇ ਨੂੰ? ਉੱਥੇ ਤੱਕ ਕਹੇ ਪਿੰਡ ਦਾ ਰਾਜਾ ਉਹ ਵੰਨ ਤੱਕ ਉੱਥੇ ਇਹ ਕਿਹੜੇ ਕਿਹੜੇ ਪਿੰਡ ਨਾਮ ਦੱਸੋਗੇ? ਕਿਹੜੇ ਕਿਹੜੇ ਵਾਲੇ? ਇੱਕ ਜੀ ਬੱਲੀਵਾਲ, ਹਾਂਜੀ, ਮਿਆਣੀ, ਮਿਆਣੀ ਤੇ ਰਤਨਗੜ੍ਹ ਤੇ ਰਤਨਗੜ੍ਹ। ਅੱਛਾ, ਤਿੰਨ ਪਿੰਡਾਂ ਨੂੰ ਜੁੜਦੀ ਹੈ? ਤਿੰਨ ਪਿੰਡਾਂ ਨੇ ਇੱਕ ਡੁੰਮ ਵੱਜਦਾ ਹੈ। ਇੱਕ ਡੁੰਮ ਵੱਜਦਾ? ਅੱਛਾ ਅੱਛਾ। ਤੇ ਇਹਦੇ 'ਚ ਪਾਣੀ ਕਦੋਂ ਹੁੰਦਾ ਕਦੋਂ ਨਹੀਂ ਹੁੰਦਾ? ਪਾਣੀ ਬਰਸਾਤ ਨੂੰ ਹੁੰਦਾ ਜੀ, ਪਾਣੀ ਬਰਸਾਤਾਂ ਦੇ ਮੌਸਮ 'ਚ ਪਾਣੀ ਭਰ ਜਾਂਦਾ। ਇਹ ਜੀ ਨਹੀਂ ਬੰਨਣ ਗਿਆ, ਉਹ ਡੁੰਮ ਨਾਲ ਨਾਲ ਚਲੀ ਗਿਆ ਜੀ ਨਾਲ। ਅੱਛਾ ਅੱਛਾ, ਆ ਡੁੰਮੇ ਆ ਜਿਹੜੇ ਸਭ ਚੌਲ ਖੜੇ ਨਾ ਉਹ ਡੁੰਮੇ। ਹਾਂਜੀ ਹਾਂਜੀ ਹਾਂਜੀ, ਉਹ ਡੇ ਖੜੇ ਡੇ। ਅੱਛਾ, ਇਹ ਤਾਂ ਗੋਲ ਗੋਲ ਘੁੰਮਦਾ ਜਾਂਦਾ, ਇਹ ਤਾਂ ਗੋਲ ਗੋਲ ਘੁੰਮ ਜਾਂਦਾ? ਹਾਂਜੀ ਨਾਲ। ਅੱਛਾ ਜੀ ਅੱਛਾ, ਸਾਰ ਚਾਰ ਦਿਨ ਦਿਖਾ ਵੀ ਲਿਆਉਂਦੇ? ਚਾਰ 'ਚ ਫਿਰ ਘੁੰਮਦੇ? ਦਿਖਾਂਗੇ ਉਹਨਾਂ, ਦਿਖਾ ਵੀ ਲਿਆਉਂਦੇ ਤੁਹਾਨੂੰ? ਅੱਛਾ ਜੀ ਅੱਛਾ, ਨਾਲ ਨਾਲ ਹੀ ਸੜਕ ਜਾਂਦੀ ਹੈ ਸਿਰੇ ਅੱਧ ਤੱਕ। ਅੱਛਾ 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 ਅੱਛਾ, ਉਧਰੋਂ ਮੁੜ ਕੇ ਫੇਰ ਨਾਲ ਨਾਲ ਆ ਜਾਂਦੀ। ਅੱਛਾ, ਤੇ ਤਿੰਨ ਪਿੰਡਾਂ ਨੂੰ ਇਹ ਲੱਗਦਾ ਜਾ? ਹਾਂਜੀ। ਓਕੇ ਓਕੇ ਓਕੇ, ਤੇ ਕਿੰਨਾ ਕੁ ਪਾਣੀ ਭਰ ਜਾਂਦਾ ਇਹਦੇ ਵਿੱਚ? ਪਾਣੀ ਤਾਰੂ ਹੋ ਜਾਂਦਾ ਜੀ, ਉਹਦੇ ਵਿੱਚ ਤਾਰੂ ਪਾਣੀ ਹੋ ਜਾਂਦਾ, ਡੁੱਬ ਬੰਦਾ ਡੁੱਬ ਜਾਣਾ, ਲੱਭਦਾ ਨਹੀਂ ਬੰਦਾ। ਅੱਛਾ 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 ਅੱਛਾ, ਇਹ ਤਕਰੀਬਨ ਹਰ ਸਾਲ ਮਤਲਬ ਬਰਸਾਤਾਂ 'ਚ ਹੋ ਜਾਂਦਾ? ਭਰਿਆ ਰਹਿੰਦਾ ਜਿਹੜੇ ਕਿਤੇ ਹੜ ਆ ਜਾਏ, ਫਿਰ ਕਈ ਕਈ ਸਾਲ ਸੁੱਕਦਾ ਨਹੀਂ ਹੈਗਾ। ਅੱਛਾ ਅੱਛਾ, ਜ਼ਿਆਦਾ ਭਰ ਜਾਂਦਾ? ਹਾਂਜੀ ਹਾਂਜੀ ਜੀ। ਸੋ ਮਿਆਣੀ ਦੇ ਨੇੜੇ ਆ ਔਕਸਬੋ ਲੇਕ ਦਾ ਕੁਝ ਹਿੱਸਾ ਇੱਥੇ ਆਪਾਂ ਦੇਖ ਸਕਦੇ ਹਾਂ। ਇਹਦੇ ਵਿੱਚ ਥੋੜ੍ਹਾ ਬਹੁਤ ਪਾਣੀ ਵੀ ਹੈ ਇਸ ਵੇਲੇ, ਜਿਹੜਾ ਕਿ ਇਹਨੂੰ ਪਿੰਡ ਵਾਲੇ ਡੁੰਮ ਕਹਿੰਦੇ ਆ। ਡੁੰਮ ਦੇ ਨੇੜੇ ਜਿਹੜਾ ਪਾਣੀ ਹੈ, ਇਹ ਮਿਆਣੀ ਰਤਨਗੜ੍ਹ ਦੇ ਨੇੜੇ ਜਿਹੜੀ ਔਕਸਬੋ ਲੇਕ ਹੈ ਉਹਦਾ ਇੱਕ ਪਾਰਟ ਹੈ ਜੀ।